ਵੀਡੀਓ ਬਣਾਉਣੀ ਆ ਤਾਂ ਉਹਨਾਂ ਨੂੰ ਵੀ ਆਪਾਂ ਪਰੇਸ਼ਾਨ ਨਹੀਂ ਕਰਨਾ, ਠੀਕ ਹੈ? ਜਿਵੇਂ ਹੁਣ ਤੱਕ ਤੁਸੀਂ ਸਾਡੀ ਗੱਲ ਤਾਂ ਮੰਨੀ ਨਹੀਂ ਹੈਗੀ, ਦੇਖੋ ਆਰਾਮ ਨਾਲ ਖੜ ਕੇ ਸਾਰੇ ਜਾਂਦੇ ਜਦੋਂ ਬੱਬੂ ਜੀ ਆ ਗਏ ਹਨਾ, ਹੁਣ ਤੱਕ ਸਾਰੇ ਸਟੇਜ 'ਤੇ ਸੀਗੇ, ਸੋ ਉਹਨਾਂ ਦਾ ਆਪਾਂ ਵੈਲਕਮ ਕਰਦੇ ਹੋਏ ਉਹਨਾਂ ਤੋਂ ਆਪਾਂ ਆਪਣੀ ਬੇਇੱਜ਼ਤੀ ਨਹੀਂ ਕਰਵਾਉਣੀ, ਉਹਨਾਂ ਦੇ ਨਾਲ ਆਪਾਂ ਕੋਆਪਰੇਟ ਕਰਨਾ ਗਾ ਵਧੀਆ ਤਰੀਕੇ ਨਾਲ ਤਾਂ ਕਿ ਉਹ ਵੀ ਖੁਸ਼ ਹੋ ਕੇ ਜਾਣ ਅਤੇ ਅੱਗੇ ਤੋਂ ਆਪਣੇ ਨਾਲ ਵੱਧ ਟਾਈਮ ਲਾਉਣ, ਅਤੇ ਪਹਿਲਾਂ ਪਹੁੰਚ ਜਾਣ, ਅੱਜ ਥੋੜ੍ਹਾ ਜਿਹਾ ਲੇਟ ਹੋ ਗਏ ਇਹ ਕਿਉਂਕਿ ਇਹ ਪਹਿਲਾਂ ਹੀ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਸੀਗੇ, ਠੀਕ ਹੈ ਜੀ? ਬੱਬੂ ਜੀ ਨੂੰ ਮੈਂ ਕਵਰ ਦਿੰਦੀ ਹਾਂ, ਬਹੁਤ ਬਹੁਤ ਧੰਨਵਾਦ, ਫਿਰ ਤੋਂ ਸਵਾਗਤ ਕਰਦੀ ਹਾਂ ਤੁਹਾਡਾ, ਥੈਂਕ ਯੂ ਥੈਂਕ ਯੂ ਥੈਂਕ ਯੂ, ਜ਼ੋਰਦਾਰ ਕਲੈਪ ਪਲੀਜ਼ ਬੱਬੂ ਜੀ। ਸਭ ਤੋਂ ਪਹਿਲਾਂ ਜਿੰਨੀਆਂ ਵੀ ਮੇਰੀਆਂ ਭੈਣਾਂ ਇਸ ਤੀਆਂ ਤੇ ਪਹੁੰਚੀਆਂ ਨੇ, ਮੇਰੇ ਵੱਲੋਂ ਤੀਆਂ ਤੀਜ ਦੀਆਂ ਸਾਰੀਆਂ ਭੈਣਾਂ ਨੂੰ ਮੁਬਾਰਕਾਂ, ਇੱਕ ਵਾਰੀ ਹੂਟਰ ਜਿਹਾ ਮਾਰ ਦਿਓ। ਤੇ ਮੈਂ ਬਾਈ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ, ਇੱਧਰ ਤੁਸੀਂ ਸਾਰੇ ਜਾਣਦੇ ਹੋ, ਭਾਜੀ ਇੱਕ ਵਾਰ ਨੇੜੇ ਆ ਜਾਓ, ਇਹਨਾਂ ਦੀ ਬਦੌਲਤ ਪਹੁੰਚੀ ਆ ਮੈਂ ਤੁਹਾਡੇ ਕੋਲ, ਇੱਕ ਵਾਰ ਇਹਨਾਂ ਦੇ ਨਾਂ ਤੇ ਵੀ ਤਾੜੀ ਮਾਰ ਦਿਓ, ਕਿਉਂਕਿ ਭੈਣਾਂ ਨੂੰ ਭਰਾਵਾਂ ਦੀ ਲੋੜ ਹੁੰਦੀ ਹੈ, ਜਿੰਨਾ ਚਿਰ ਭੈਣਾਂ ਦੇ ਨਾਲ ਭਾਈ ਨਹੀਂ ਖੜਦੇ ਤੇ ਭੈਣਾਂ ਕੁਛ ਨਹੀਂ ਕਰ ਸਕਦੀਆਂ, ਜੇ ਇਦਾਂ ਦੇ ਭਾਈ ਪਰਮਾਤਮਾ ਸਾਰਿਆਂ ਨੂੰ ਦੇਵੇ, ਦਿਨ ਤੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਮਾਲਕ ਸਾਰਿਆਂ ਨੂੰ, ਤੇ ਤੁਹਾਡਾ ਸਾਰੀਆਂ ਭੈਣਾਂ ਦਾ ਪਿੱਛੇ ਤੱਕ ਆਵਾਜ਼ ਆਉਂਦੀ ਹੈ, ਦੱਸਿਓ ਮਾੜਾ ਜਿਹਾ ਆਵਾਜ਼ ਆਉਂਦੀ ਹੈ, ਕਿਆ ਬਾਤ ਹੈ, ਥੈਂਕ ਯੂ ਤੁਹਾਡਾ ਸਾਰੀਆਂ ਭੈਣਾਂ ਦਾ ਮੈਂ ਥੈਂਕ ਯੂ ਕਰਦੀ ਹਾਂ, ਮੇਰੀਆਂ ਜਿੰਨੀਆਂ ਵੀ ਹੁਣ ਤੱਕ ਫਿਲਮਾਂ ਆਈਆਂ ਨੇ, ਜਿੰਨੇ ਵੀ ਗਾਣੇ ਆਏ ਨੇ, ਜਿੰਨੇ ਵੀ ਚੈਨਲਾਂ 'ਤੇ ਮੈਂ ਕੰਮ ਕੀਤਾ, ਤੁਸੀਂ ਮੇਰੇ ਨਾਂ ਨੂੰ ਬਹੁਤ ਸਾਰਾ ਪਿਆਰ ਦਿੱਤਾ। ਵੈਸੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰਾ ਨਾਮ ਹਰਦੀਪ ਕੌਰ ਬੱਬੂ ਹੈ, ਪਰ ਜਦੋਂ ਮੈਂ ਫਿਲਮਾਂ 'ਚ ਸ਼ਾਰਟ ਫਿਲਮਾਂ 'ਚ ਕੰਮ ਕੀਤਾ ਤਾਂ ਮੇਰੇ ਬੱਬੂ ਨਾਂ ਨੂੰ ਇੰਨਾ ਕੁ ਅਸਟੈਬਲਿਸ਼ ਕਰਤਾ, ਤੁਸੀਂ ਤੁਸੀਂ ਆਪਣੇ ਨਾਂ 'ਤੇ ਤਾੜੀ ਮਾਰੋ, ਤੁਸੀਂ ਕਿਉਂਕਿ ਕਲਾਕਾਰ ਕਦੇ ਵੀ ਇਕੱਲਾ ਨਹੀਂ ਬਣਦਾ, ਚਾਹੇ ਜਿੰਨੀ ਮਰਜ਼ੀ ਮਿਹਨਤ ਕਰ ਲਏ ਪਰ ਉਹਨੂੰ ਬਣਾਉਣ ਵਾਲੇ ਤੁਸੀਂ ਹੋ ਸਾਰੇ ਜਾਣੇ। ਜੇ ਮੈਂ ਅੱਜ ਇੱਥੇ ਪਹੁੰਚੀ ਹਾਂ ਨਾ ਤਾਂ ਤੁਹਾਡੇ ਇਕੱਲੇ ਇਕੱਲੇ ਭੈਣ ਭਰਾਵਾਂ ਦੇ ਮੈਂ ਪਿਆਰ ਤੇ ਸਤਿਕਾਰ ਦੇ ਨਾਲ ਪਹੁੰਚੀ ਹਾਂ, ਤੇ ਮੈਂ ਆਸ ਕਰਦੀ ਹਾਂ ਕਿ ਇਸ ਵਾਰ ਬਾਈ ਜੀ ਹੁਣੇ ਕਹਿੰਦੇ ਸੀ ਕਿ ਲੇਟ ਹੋ ਗਏ, ਨਹੀਂ ਭੈਣੇ ਅਖਾੜਾ ਲਵਾਉਣਾ ਸੀ ਤੇਰਾ, ਕਿਉਂਕਿ ਮੇਰਾ ਤੀਆਂ ਦੇ ਵਿੱਚ ਅਖਾੜੇ ਆਲਮੋਸਟ ਬੁੱਕ ਨੇ, ਤਾਂ ਮੈਂ ਬਾਈ ਜੀ ਨੂੰ ਕਹਿੰਦੀ ਹਾਂ ਕਿ ਬਾਈ ਜੀ ਅੱਗੇ ਤੋਂ ਧਿਆਨ ਰੱਖਣਾ, ਆਪਾਂ ਅਖਾੜਾ ਲਾਉਣਾ ਇੱਥੇ, ਅਗਲੀ ਵਾਰ ਤੀਆਂ ਤੇ ਇਹਨਾਂ ਦਾ ਖਾਣਾ ਲਵਾਵਾਂਗੇ, ਪੱਕਾ ਅੱਜ ਹੀ ਕਰਤਾ, ਪੱਕਾ ਹੋ ਗਿਆ, ਬਾਈ ਨੇ ਮੈਨੂੰ ਕਿਹਾ ਸੀਗਾ ਹੈ ਨਾ, ਤੇ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਤੀਆਂ ਦਾ ਫੰਕਸ਼ਨ ਜਾ ਕੇ ਆਈ ਹਾਂ ਤੇ ਕਿਸੇ ਨੂੰ ਜਵਾਬ ਵੀ ਨਹੀਂ ਦੇ ਸਕਦੀ, ਕਿਉਂਕਿ ਜਦੋਂ ਆਪਾਂ ਇੱਕ ਦੂਜੇ ਨੂੰ ਇੰਨਾ ਪਿਆਰ ਕਰਦੇ ਹਾਂ ਤਾਂ ਕਿਸੇ ਨੂੰ ਆਪਾਂ ਜਵਾਬ ਨਹੀਂ ਦੇ ਸਕਦੇ, ਤਾਂ ਫਿਰ ਸੋਚੀਦਾ ਵੀ ਕੋਈ ਗੱਲ ਨਹੀਂ ਜੀ, ਥੋੜ੍ਹੇ ਨਾ ਥੋੜ੍ਹਾ ਬਹੁਤੇ ਨਾ ਬਹੁਤਾ ਸਾਰਿਆਂ ਕੋਲ ਆ ਕੇ ਜਾਵਾਂਗੇ ਹੈ ਨਾ, ਤਾਂ ਥੈਂਕ ਯੂ ਆ ਤੁਹਾਡਾ, ਮੇਰਾ ਯੂਟਿਊਬ ਚੈਨਲ ਹਰਦੀਪ ਕੌਰ ਬੱਬੂ, ਤੁਸੀਂ ਉਹਨੂੰ ਵੀ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਰੇ ਜਾਣੇ। ਵੈਸੇ ਇਸ ਪਿੰਡ ਦੇ ਵਿੱਚ ਮੈਂ ਸ਼ੂਟਿੰਗ ਕਰਨ ਆਉਣੀ ਹੁੰਦੀ ਹਾਂ, ਆ ਖੇਤਾਂ ਦੇ ਵਿੱਚ ਅੱਗੇ ਜਾ ਕੇ ਇੱਕ ਕੋਠੀ ਹੈ, ਉੱਥੇ ਸ਼ੂਟਿੰਗ ਆਪਣੇ ਘਰੇ ਹੁੰਦੀ ਹੈਗੀ, ਜਿਹੜਾ ਦੋਲੇ ਵਾਲੀ ਉਹਨਾਂ ਖੇਤ ਹੈ ਉੱਥੇ ਸ਼ੂਟਿੰਗ ਹੁੰਦੀ ਹੈ, ਗੋਗੀ ਦੇ ਘਰੇ ਮੈਨੂੰ ਲੱਗਦਾ ਤੁਸੀਂ ਸਾਰੇ ਜਾਣਦੇ ਹੋਵੋਗੇ, ਉੱਥੇ ਇਹ ਸ਼ੂਟਿੰਗ ਕਰਨ ਆਉਂਦੀ ਹੈ, ਤੇ ਆਪਾਂ ਇਹਨਾਂ ਨੂੰ ਹੋਰ ਵੀ ਸਬਸਕ੍ਰਾਈਬ ਕਰਨਾ ਹੈ ਤਾਂ ਕਿ ਆਪਾਂ ਇਹਨਾਂ ਤੋਂ ਅੱਗੇ ਤੋਂ ਖਾਣਾ ਫ੍ਰੀ ਦੇ ਵਿੱਚ ਲਵਾ ਲਈਏ, ਠੀਕ ਹੈ?
ਕਹਿੰਦੇ ਜਦੋਂ ਪਿਆਰ ਮਿਲਦਾ ਹੋਵੇ ਨਾ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ, ਜਿੱਥੋਂ ਪਿਆਰ ਮਿਲਦਾ ਹੋਵੇ ਪੈਸੇ ਦੀ ਜ਼ਰੂਰਤ ਨਹੀਂ ਹੁੰਦੀ, ਅਤੇ ਤੁਸੀਂ ਪਿਆਰ ਹੀ ਇੰਨਾ ਦਿੰਦੇ ਹੋ ਤੁਹਾਡੇ ਤੋਂ ਮੈਨੂੰ ਕੋਈ ਲੋੜ ਨਹੀਂ ਪੈਸੇ ਦੀ, ਠੀਕ ਹੈ ਨਾ ਸੱਚੀ, ਤੁਸੀਂ ਐਂ ਪਿਆਰ ਕਰਦੀਆਂ ਰਹੋ ਅਤੇ ਪਾਈਏ ਬੋਲੀਆਂ, ਪਿੱਛੇ ਹੱਥ ਖੜਾ ਕਰਕੇ ਦੱਸੋ ਪਾਈਏ ਬੋਲੀਆਂ, ਐਂ ਕਰੋ ਥੋੜ੍ਹੀਆਂ ਜਿਹੀਆਂ ਪਿੱਛੇ ਨੂੰ ਹੋਜੋ, ਫਿਰ ਹਲਕੀਆਂ ਜਿਹੀਆਂ ਪਿੱਛੇ ਨੂੰ ਹੋਜੋ, ਕਿਉਂਕਿ ਨੱਚਣ ਵਾਲਿਆਂ ਨੂੰ ਜਗ੍ਹਾ ਮਿਲਦੀ ਹੈ ਨਾ, ਅਤੇ ਨੱਚਣਾ ਸਾਰਿਆਂ ਨੇ ਕੁਛ ਕੁ ਟਾਈਮ ਆਪਾਂ ਲਾਵਾਂਗੇ, ਕਿਉਂਕਿ ਇਸ ਤੋਂ ਬਾਅਦ 20 ਮੈਂ 30 'ਤੇ ਜਾਣਾ ਪਰ ਸੂਟ ਬਾਅਦ ਲੈ ਕੇ ਜਾਊਂਗੀ ਨਾ, ਫਿਰ ਦੇਖਣ ਵਾਲੇ ਕਹਿ ਦਿੰਦੇ ਆ ਪਤਾ ਨਹੀਂ ਇੱਕੋ ਹੀ ਵੀਡੀਓ ਪਾਈ ਜਾਂਦੀ ਹੈ ਵਾਰ ਵਾਰ, ਅਤੇ ਸਾਡੇ 22 ਸਾਊਂਡ ਵਾਲੇ ਇਹਨਾਂ ਦਾ ਵੀ ਥੈਂਕ ਯੂ ਆ ਜਿਹੜੇ ਇੱਥੇ ਪਹੁੰਚੇ ਨੇ ਸਾਡਾ 22 ਢੋਲ ਵਾਲਾ। ਇੱਕ ਕੰਮ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦੀ ਹਾਂ, ਕਲਾਕਾਰ ਚਾਹੇ ਕੋਈ ਵੀ ਹੋਵੇ ਉਹਦੇ ਲਈ ਤਾੜੀ ਤੁਸੀਂ ਮੈਂ ਆਪਣੇ ਲਈ ਨਹੀਂ ਕਹਿੰਦੀ, ਉਹਦੇ ਲਈ ਤਾੜੀ ਤੁਸੀਂ ਕੱਟ ਕੇ ਮਾਰਿਆ ਕਰੋ, ਥੈਂਕ ਯੂ, ਕਿਉਂਕਿ ਤੁਹਾਡੇ ਹੌਂਸਲੇ ਦੀ ਬੜੀ ਲੋੜ ਹੁੰਦੀ ਆ, ਪੈਸਿਆਂ ਤੋਂ ਵੱਧ ਤੁਹਾਡੇ ਤਾੜੀਆਂ ਦਾ ਹੌਂਸਲਾ ਬੰਦੇ 'ਚ ਜਜ਼ਬਾ ਵਧਾ ਦਿੰਦਾ ਹੈ ਨਾ। ਵੈਸੇ ਤਾਂ ਮੈਂ ਗਾਲਾਂ ਹੀ ਕੱਢੀਆਂ ਹੁਣ ਤੱਕ, ਪਰ ਅੱਜ ਆਪਾਂ ਗਾਲਾਂ ਨਹੀਂ ਕੱਢਣੀਆਂ, ਅੱਜ ਆਪਾਂ ਬੋਲੀਆਂ ਸੁਣਾਉਣੀਆਂ, ਕੀ ਕਹਿੰਦੀ ਹੈ ਬਾਬੀ, ਅੱਜ ਬੱਚਾ ਡਿੱਗ ਨਾ ਜਾਏ ਪੁੱਤ, ਡਿੱਗ ਨਾ ਜਾਏ ਸੋਹਣੀ, ਮਾੜਾ ਜਾ ਧਿਆਨ ਦਾ ਬੋਲੀ।
ਕਿੱਥੇ ਕਰਦੇ ਭੈਣੇ, ਆ ਜਾ ਉਰੇ ਲਿਆ, ਨੱਚ ਲੈ ਕੁਛ ਨਹੀਂ ਹੁੰਦਾ। ਬੀਬੀ ਬਹੁਤ ਨੱਚਿਆ, ਗੁਰ ਤਾੜੀਆਂ ਮਾਰੋ ਬੀਬੀ ਨੂੰ।
ਇੱਕ ਗੱਲ ਕਹਾਂ, ਸਾਰੀਆਂ ਭੈਣਾਂ ਵੀ ਹੈ ਇੱਥੇ, ਨੂੰਹਾਂ ਵੀ ਹੈ। ਵੈਸੇ ਮੈਂ ਬਹੁਤੀ ਸਿਆਣੀ ਤਾਂ ਹੈ ਨਹੀਂ, ਜੇ ਮੈਂ ਬਾਹਲੀ ਆਪਣੇ ਆਪ ਨੂੰ ਸਮਝਾਂ, ਪਰ ਕੁਝ ਗੱਲਾਂ ਕਹਿ ਸਕਦੀ। ਇਹ ਮਾਵਾਂ ਸਾਰਿਆਂ ਨੂੰ ਮਿਲੀਆਂ ਵੀਆਂ, ਅਤੇ ਜਿਹੜੀਆਂ ਸੱਸਾਂ ਹੁੰਦੀਆਂ ਨਾ, ਉਹ ਵੀ ਮਾਵਾਂ ਹੀ ਹੁੰਦੀਆਂ ਨੇ, ਪਰ ਕਈ ਵਾਰ ਕਹਿ ਦਿੰਦੇ ਨੇ ਸੱਪ ਅਤੇ ਸੱਸ ਅਸੀਂ ਕੋਈ ਗੱਲ ਹੁੰਦੀ ਹੈ, ਪਰ ਕਹਿਣ 'ਚ ਆਉਂਦੀ ਹੈ, ਕਿਉਂਕਿ ਜਿਹੜੀ ਆਪਣੀ ਸੱਸ ਹੈ ਨਾ, ਉਹਦੇ ਵੀ ਨੂੰਹ ਹੈਗੀ ਹੈ, ਅਤੇ ਜਿਹੜੀਆਂ ਆਪਾਂ ਆਪਣੀ ਵੀ ਗਾਹਾਂ ਸੱਸ ਹੈਗੀ ਹੈ। ਦੇਖੋ ਜਿੱਥੇ ਚਾਰ ਭਾਂਡੇ ਹੁੰਦੇ ਆ, ਖੜਕਦੇ ਜ਼ਰੂਰ ਹੁੰਦੇ ਆ, ਲੜਾਈ ਸਭ ਦੇ ਘਰਾਂ 'ਚ ਹੁੰਦੀ ਹੈ, ਪਰ ਮੇਰੀ ਇੱਕ ਸੱਚੀ ਬੇਨਤੀ ਆ, ਦਿਲੋਂ ਦਿਲੋਂ ਬੇਨਤੀ ਆ, ਪਰਮਾਤਮਾ ਦੀ ਸਹੁੰ ਮੈਂ ਝੂਟਣੇ ਬੋਲਦੀ, ਜੇ ਲੜਾਈ ਹੋ ਵੀ ਜਾਂਦੀ ਹੈ ਨਾ ਕਿਤੇ ਨਾ ਕਿਤੇ, ਕੋਈ ਨਹੀਂ ਮਿਟਾ ਦਿਆ ਕਰੋ, ਹੁੰਦੀ ਰਹਿੰਦੀ ਹੈ ਭੈਣ ਜੀ ਲੜਾਈ ਤਾਂ। ਜਿਹੜੀ ਆਪਣੀ ਮਾਂ ਹੁੰਦੀ ਆ, ਆਪਣੇ ਚਾਰ ਚਪੇੜੇ ਵੀ ਮਾਰ ਦਿੰਦੀ, ਆਪਾਂ ਫਿਰ ਵੀ ਕਹਿ ਦਿੰਦੇ ਹਾਂ ਚੱਲ ਕੋਈ ਗੱਲ ਨਹੀਂ, ਮੇਰੀ ਮੰਮੀ ਸੀ, ਉਹ ਵੀ ਆਪਣੀ ਮੰਮੀ ਹੈ। ਦੇਖੋ ਉਹ ਵੀ ਆਪਣੀ ਮੰਮੀ ਹੈ, ਜਿਹੜਾ ਆਪਾਂ ਨੂੰ ਸਹੇੜ ਕੇ ਲੈ ਕੇ ਗਿਆ ਉਹਦੀ ਮੰਮੀ ਹੈ ਨਾ। ਸਾਰੇ ਜਾਣੇ ਇੱਜ਼ਤ ਕਰਿਆ ਕਰੋ, ਲੜਾਈ ਪੜ੍ਹਾਈ ਹੁੰਦੀ ਰਹਿੰਦੀ ਹੈ, ਜਦੋਂ ਉਹ ਕਹਿੰਦੀ ਆਚਾਰ ਤੁਸੀਂ ਕਹਿ ਲਿਆ ਕਰੋ, ਕੁਛ ਨਹੀਂ ਹੁੰਦਾ, ਬਾਹਲਾ ਦੂਰ ਤੱਕ ਨਾ ਜਾਇਆ ਕਰੋ। ਮਾਵਾਂ ਨਸੀਬਾਂ ਵਾਲਿਆਂ ਨੂੰ ਮਿਲਦੀਆਂ, ਜਿਹਦੀਆਂ ਮਾਵਾਂ ਤੁਰ ਜਾਂਦੀਆਂ ਨਾ, ਸੱਚੀ ਸਹੁੰ ਲੱਗੇ ਆ ਮੇਰੇ ਵਰਗੀ ਨਾ, ਸੱਚ ਦੱਸਾਂ ਕਦੇ ਕਦੇ ਐਂ ਤਰਸ ਵੀ ਰਹਿੰਦੀ ਆ ਵੀ ਲੋਕਾਂ ਦੇ ਸੰਧਾਰੇ ਹੁੰਦੇ, ਮੇਰਾ ਵੀ ਸੰਧਾਰਾ ਹੋਊਗਾ, ਕਦੇ ਕਦੇ ਸੋਚ ਵੀ ਰਹਿੰਦੀ ਆ ਮੇਰੀ ਵੀ ਮਾਂ ਕਿ ਮੈਨੂੰ ਕਹੂਗੀ ਧਰਨੇ ਚੂੜੀਆਂ ਲੈ ਕੇ ਆਈਆਂ। ਇਸ ਕਰਕੇ ਸਾਰੇ ਜਾਣੇ ਮਾਵਾਂ ਦੀ ਸੇਵਾ ਕਰਿਆ ਕਰੋ ਹੈ ਨਾ, ਕਿਉਂਕਿ ਮਾਵਾਂ ਤੋਂ ਵੱਡਾ, ਭਰਾਵਾਂ ਤੋਂ ਵੱਡਾ ਕੋਈ ਰੱਬ ਨਹੀਂ, ਪਿਓ ਤੋਂ ਵੱਡਾ ਕੋਈ ਰੱਬ ਨਹੀਂ। ਜਦੋਂ ਤੁਹਾਡੇ 'ਤੇ ਮਾੜਾ ਵਕਤ ਪੈਣਾ ਨਾ, ਵਾਹਿਗੁਰੂ ਤੁਹਾਡੇ ਕਿਸੇ 'ਤੇ ਮਾੜਾ ਵਕਤ ਨਾ ਲਿਆਵੇ, ਪਰ ਜ਼ਿੰਦਗੀ ਕਿਤੇ ਨਾ ਕਿਤੇ ਐਸੀ ਆ, ਥੁੱਕ 'ਤੇ ਨਾ ਕਿਤੇ ਦੁੱਖ ਆ ਹੀ ਜਾਂਦਾ, ਅਤੇ ਤੁਹਾਡੇ ਆਪਣਿਆਂ ਤੋਂ ਬਿਨਾਂ, ਤੁਹਾਡੇ ਆਪਣੇ ਖੂਨ ਤੋਂ ਬਿਨਾਂ ਕਿਸੇ ਨੇ ਨਹੀਂ ਖੜਨਾ ਤੁਹਾਡੇ ਨਾਲ। ਬਾਈ ਜੀ ਹੁਣੇ ਕਹਿੰਦੇ ਸੀ ਗਾਣੇ ਦੇ ਸੁਣਾ ਦੇ ਚਾਰ ਬੋਲ, ਇੱਕ ਮੇਰਾ ਗਾਣਾ ਆਇਆ ਬਦਮਾਸ਼ੀ, ਉਹ ਇੱਥੇ ਸੁਣਾਉਣ ਵਾਲਾ ਹੈ ਨਹੀਂ ਐਡਾ, ਕਿਉਂਕਿ ਉਹ ਮਾਰ ਕੁੱਟਣ ਵਾਲਾ ਕਿਤੇ ਭੈਣ ਇੱਥੇ ਨਾ ਲੜ ਪਿਓ, ਪਰਚਾ ਮੇਰੇ 'ਤੇ ਹੋ ਜਾਏ, ਇਸ ਕਰਕੇ ਉਹ ਇੱਥੇ ਨਹੀਂ ਸੁਣਾਉਣਾ ਗਾਣਾ, ਤੁਹਾਨੂੰ ਹੋਰ ਸੁਣਾਉਣਾ। ਕੀ ਕਹਿੰਦੀ ਹੈ ਭਾ ਬੋਲੀ ਸੋਹਣਿਆ ਵੇ ਜੱਟੀ ਨੱਚਦੀ ਪਟੋਲਾ ਫੜ ਕੇ, ਕੋਈ ਪਟੋਲਾ ਪਟਾਲਾ ਨਹੀਂ ਹੈਗਾ ਅੱਜ, ਇਹ ਤਾਂ ਗਾਣੇ ਦੀ ਗੱਲ ਆ। ਕੀ ਕਹਿੰਦੀ ਹੋ ਕਾਲਾ ਕੰਕਰ